ਤਰ੍ਹਾਂ ਤਰ੍ਹਾਂ ਦੇ ਥਾਣਾ ਸਿਟੀ ਦੇ ਅੰਦਰ ਪੈਂਦੇ ਸਰਹਾਲੀ ਰੋਡ ਸਥਿਤ ਸਕੇਡ ਟ੍ਰੇਡਿੰਗ ਕੰਪਨੀ ਠੇਕਾ ਸ਼ਰਾਬ ਦੇ ਵਿੱਚੋਂ ਬੀਤੀ ਰਾਤ ਨੂੰ ਚੋਰਾਂ ਦੇ ਵੱਲੋਂ ਠੇਕੇ ਦਾ ਸ਼ਟਰ ਤੋੜ ਕੇ ਕੀਤੀ ਗਈ ਚੋਰੀ ਦੇ ਵਿੱਚ ਸ਼ਰਾਬ ਅਤੇ ਨਗਦੀ ਚੋਰੀ ਕਰ ਲਈ ਗਈ। ਚੋਰ ਕਿਸੇ ਗੱਡੀ ਦੇ ਵਿੱਚ ਆਏ ਸਨ ਅਤੇ ਇਸ ਪੂਰੀ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ। ਠੇਕੇ ਦਾ ਜਾਇਜ਼ਾ ਲੈਣ ਦੇ ਉੱਤੇ ਪਤਾ ਚੱਲਿਆ ਕਿ ਚੋਰਾਂ ਦੇ ਵੱਲੋਂ ਸਿਰਫ ਮਹਿੰਗੀ ਸ਼ਰਾਬ ਉਡਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਰੋਡ ਦੇ ਉੱਪਰ ਕੁਝ ਸਮਾਂ ਪਹਿਲਾਂ MRH ਟਾਇਰ ਦਾ ਸ਼ੋਰੂਮ ਹੈ ਜਿੱਥੇ ਚੋਰਾਂ ਨੇ ਆਪਣਾ ਹੱਥ ਸਾਫ ਕੀਤਾ ਸੀ। ਉਸ ਵਕਤ ਚੋਰਾਂ ਦੀ CCTV ਫੁਟੇਜ ਵੀ ਸਾਹਮਣੇ ਆ ਗਈ ਸੀ, ਪਰ ਚੋਰ ਕਾਬੂ ਨਹੀਂ ਆ ਪਾਏ। ਹੁਣ ਨਵੀਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਤਰਨ ਤਾਰਨ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ। ਬਾਕੀ ਸਾਡਾ ਗੱਲੇ ਦੇ ਵਿੱਚ ਕੈਸ਼ ਸੀ, ਉਹ ਵੀ ਲੁੱਟ ਕੇ ਲੈ ਗਏ ਨੇ। ਅਤੇ ਕਿੰਨੀ ਕੁ ਚੋਰੀ ਅੰਦਾਜ਼ੇ ਨਾਲ? ਚੋਰੀ 4 ਲੱਖ ਤੋਂ ਥੋੜ੍ਹੀ ਕੁ ਜ਼ਿਆਦਾ ਹੀ ਬਣਦੀ ਹੈ ਜੀ। ਚੋਰੀ ਹੋਈ ਕਿਸ ਤਰ੍ਹਾਂ? ਚੋਰੀ ਬਾਹਰੋਂ ਸ਼ਟਰ ਜਿਹੜੇ ਆ ਉਹ ਜੱਕ ਲਾ ਕੇ ਤੋੜ ਕੇ ਅੰਦਰ ਵੜੇ ਆ ਜੀ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਚੋਰੀ ਬਾਰੇ? ਮੈਂ ਘਰ ਸੌ ਰਿਹਾ ਸੀ ਰਾਤ 2 ਵਜੇ ਅਤੇ ਸਾਡੇ ਮਾਲਕਾਂ ਜੀ ਦਾ ਫੋਨ ਆਇਆ। ਉਹ ਕਹਿੰਦੇ ਵੀ ਮੈਨੂੰ ਇੱਦਾਂ ਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਜੀ ਕਿ ਤੁਹਾਡਾ ਠੇਕਾ ਜਿਹੜਾ ਲੁੱਟਿਆ ਗਿਆ। ਫਿਰ ਮੈਂ ਜਦੋਂ ਆਣ ਕੇ ਦੇਖਿਆ ਪੁਲਿਸ ਵਾਲੇ ਬਾਹਰ ਖੜ੍ਹੇ ਸੀ ਅਤੇ ਵਾਕਿਆ ਹੀ ਜਦੋਂ ਵੇਖਿਆ ਆਣ ਕੇ ਸਾਡਾ ਬਹੁਤ ਨੁਕਸਾਨ ਹੋਇਆ। ਨਾਕਾ ਕੋਈ ਨਹੀਂ ਹੈਗਾ ਜੀ, ਨਾਕਾ ਤਾਂ ਜ਼ਰੂਰ ਹੋਣਾ ਚਾਹੀਦਾ ਜੀ ਅਤੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਚੋਰੀ ਦੀਆਂ ਘਟਨਾਵਾਂ ਤਾਂ ਬਹੁਤ ਵਾਪਰੀਆਂ ਜੀ। ਗਹਿਣੇ ਵੀ ਲੁੱਟ ਕੇ ਲੈ ਜਾਂਦੇ ਧੀਆਂ ਭੈਣਾਂ ਦੀ ਅਤੇ ਇਹਦੇ ਪਰਸ ਖੋ ਕੇ ਲੈ ਜਾਂਦੀ ਹੈ। ਇਹ ਗੌਰਮੈਂਟ ਚਾਹੀਦਾ ਕਿ ਇਹਨਾਂ 'ਤੇ ਕਾਬੂ ਪਾਉਣਾ। ਸ਼ਿਕਾਇਤ ਅੱਜ ਦਿੱਤੀ ਹੈ ਜੀ ਪੁਲਿਸ ਵਾਲਿਆਂ ਨੂੰ, ਉਹ ਕਹਿੰਦੇ ਜੀ ਇਹ ਬਣਦੀ ਕਾਰਵਾਈ ਅਸੀਂ ਜਲਦੀ ਜਲਦੀ ਕਰਾਂਗੇ। ਇਹਨੇ ਚੋਰੀ ਕੀਤੀ ਹੈ, ਕਿਸ ਤਰ੍ਹਾਂ ਚੋਰੀ, ਕੀ ਮਾਮਲਾ ਸਰ? ਇਹ ਅਸੀਂ PCR ਦਸਤੇ ਦੇ ਨਾਲ ਮੈਂ ਗਸ਼ਤ ਕਰ ਰਿਹਾ ਸੀ ਰਾਤ ਅਤੇ ਕਰੀਬ 1:30 ਵਜੇ ਅਸੀਂ ਵੇਖਿਆ ਵੀ ਠੇਕੇ ਦਾ ਜਿਹੜਾ ਸ਼ਟਰ ਆ ਉਹ ਥੋੜ੍ਹਾ ਜਿਹਾ ਕੋਟਕ ਦੇ ਕਰੀਬ ਤਾਂ ਨੂੰ ਚੁੱਕਿਆ ਹੋਇਆ ਅਤੇ ਸਰੀਏ ਦੇ ਨਾਲ ਉਹਦੇ ਜਿਹੜੇ ਉਹਨੂੰ ਸ਼ਟਰ ਨੂੰ ਜਿਹੜਾ ਉਹ ਆਪਣਾ ਕਿਸੇ ਨੇ ਪੁੱਟਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਫਿਰ ਠੇਕੇਦਾਰ ਦੇ ਜਿਹੜੇ ਮਾਲਕ ਆ ਸਕੇਤ ਟ੍ਰੇਡਿੰਗ ਐਂਡ ਕੰਪਨੀ ਦੇ, ਉਹਨਾਂ ਨੂੰ ਅਸੀਂ ਮੈਂ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਇੱਦਾਂ ਠੇਕੇ ਦੇ ਜਿਹੜੀ ਹੈ ਕਿਸੇ ਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਰੀਬ 1-1.5 ਘੰਟੇ ਬਾਅਦ ਠੇਕਿਆਂ ਦੇ ਠੇਕੇਦਾਰਾਂ ਦਾ ਕਰਿੰਦਾ ਕ੍ਰਿਸ਼ਨ ਸ਼ਰਮਾ ਆ ਉਹ ਨਾਲ ਆਇਆ ਆਪਣੇ ਹੋਰ 3-4 ਮੁਲਾਜ਼ਮ ਲੈ ਕੇ ਅਤੇ ਉਹਨਾਂ ਨੇ ਫਿਰ ਆਪ ਕਰਕੇ ਅਤੇ ਉਹ ਸ਼ਟਰ ਤਾਂ ਚੁੱਕ ਕੇ ਚੈੱਕ ਚੁੱਕ ਕੀਤਾ ਆ। ਜਿਨ੍ਹਾਂ ਨੇ ਦੱਸਿਆ ਵੀ ਗੱਲੇ ਦੇ ਵਿੱਚ ਥੋੜ੍ਹਾ ਜਿਹਾ ਸਾਡਾ ਕੈਸ਼ ਸੀ ਅਤੇ ਸ਼ਰਾਬ ਬਾਰੇ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਸੁਬਹਾ ਤੁਹਾਨੂੰ ਸਟੋਕ ਚੈੱਕ ਕਰਕੇ ਜਿਹੜਾ ਉਹ ਖਿਲਾ ਦੇ। ਅਤੇ ਕੀ ਦੱਸਿਆ ਸਵੇਰੇ ਸਰ, ਕਿੰਨੀ ਕੁ ਚੋਰੀ ਦੱਸਦੇ? ਸਵੇਰੇ ਉਹ ਤਾਂ ਕਹਿੰਦੇ ਵੀ ਸ਼ਰਾਬ ਦੀ ਚੋਰੀ ਸਾਡੀ ਕਾਫੀ ਹੋਈ ਹੈ ਪਰ ਰਾਹ ਅਜੇ ਤਸਦੀਕ ਚੱਲ ਰਹੀ ਹੈ। ਜਿੰਨਾ ਚਿਰ ਪੜਤਾਲ ਨਹੀਂ ਹੁੰਦੀ ਸਟੋਕ ਰਜਿਸਟਰ ਇਹਨਾਂ ਦੇ ਚੈੱਕ ਕਰਾਂਗੇ ਉਸ ਹਿਸਾਬ ਨਾਲ ਜਿਹੜੀ ਅਗਲੀ ਬਣਦੀ ਕਾਰਵਾਈ ਜਿਹੜੀ ਉਹ ਮੁੱਕ ਜਾਂਦੀ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।